कई बंदे साढ़े डरते नहीं है ਸਾਡੇ ਬੰਦਿਆਂ ਨੇ ਠੰਡ ਪਾ ਵਾਲਾ ਦਿੱਤ ਪਿਆ ਹੀ ਪਾਊ ਅੱਗੇ ਅੱਧੇ ਬੰਦੇ ਸਾਡੇ ਹੰਭ ਗਏ ਆ ਪੱਟ ਪੁੱਟ ਫੁੱਲੇ ਇੱਦਾਂ ਮੰਨਦੇ ਥੋੜ੍ਹੀ ਹਾਏ ਹੁਣ ਪਛਤਾਉਂਦੇ ਆ ਚਲੋ ਕੋਈ ਨਹੀਂ ਜਾਂਦੇ ਹੌਲੀ ਹੌਲੀ ਤੋਰ ਦੇਖੇ ਦੀ ਤੋਰ ਸੰਤਾਂ ਦੀਆਂ ਫੋਟੋ ਹਰ ਥਾਂ ਦੇ ਉੱਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਫੋਟੋ ਵੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਆਪਣੇ ਯੂਟਿਊਬ ਚੈਨਲ ਜਿਮੀਦਾਰ ਵਲੌਗਸ ਦੇ ਉੱਤੇ ਅਤੇ ਇਹ ਲੱਗੀਆਂ ਜੀ ਕਰਨ ਪਾਰਟ 2 ਆਪਾਂ ਸ਼ੁਰੂ ਹੋਲੇ ਮਹੱਲੇ ਦੀ ਯਾਤਰਾ ਦਾ ਅਤੇ ਪਾਰਟ ਥੋੜ੍ਹਾ ਜਿਹਾ ਹੋ ਗਿਆ ਲੇਟ ਸਾਡਾ ਉਹਦੇ ਲਈ ਸੋਰੀ ਕੋਈ ਕਾਰਨ ਸੀ ਜਿਹਦੇ ਕਰਕੇ ਆਪਾਂ ਨੂੰ ਇਹ ਲੇਟ ਵੀਡੀਓ ਪਾਉਣੀ ਪਈ ਆ ਜਾਓ ਜੀ ਕਰੋ ਇੰਜੋਏ ਅਤੇ ਚੈਨਲ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ हाँ भाई बौली साहब चलिए हूँ बाकी बंदे कितने सारे माने दलवीर एक सौ बत्ती पौड़ियाँ 132 है ना फरीद गुरुद्वारा बौली साहब इतने पहुँच रहे हैं जी ਕਈ ਬੰਦੇ ਸਾਡੇ ਡਰਦੇ ਨਹੀਂ ਆਏ ਭਾਈਤਰੇ ਵਿੱਚੋਂ ਹੀ ਧੱਕਾ ਨਾ ਕਰਾਂਗੇ ਸਾਡੇ ਬੰਦਿਆਂ ਨੇ ਠੰਡ ਪਾ ਵਾਲਾ ਦਿੱਤ ਪਿਆ ਹੀ ਪਾਊ ਉਹ ਠੰਡ ਪਾ ਠੰਡ ਪਾਈ ਨੀ ਉਹ ਪੀਣਾ ਯਾਰ ਲੋ ਜੀ ਬਾਬਾ ਗੁਰਦਿੱਤੇ ਦੀ ਚੜ੍ਹਾਈ ਜਾਣ ਲੱਗੇ ਅੱਧੇ ਬੰਦੇ ਸਾਡੇ ਹੰਭ ਗਏ ਆ ਪੱਟ ਪੁੱਟ ਫੁੱਲੇ ਇੱਦਾਂ ਮੰਨਦੇ ਥੋੜ੍ਹੀ ਅਸੀਂ ਗੱਡੀ ਲਾਏ ਪਿੱਛੇ ਜੀ ਰਸ਼ ਬੜਾ ਸੀ ਇੱਥੇ ਦੇਖੋ ਕੀ ਬਣਿਆ ਉੱਪਰ ਤੱਕ ਹਲੇ ਹੋਲਾ ਮਹੱਲਾ ਲੰਘੇ ਬਸ ਕਰ ਭਾਊ ਹੋਲਾ ਮਹੱਲਾ ਲੰਘੇ 4 ਦਿਨ ਹੋ ਗਏ ਫਿਰ ਵੀ ਆਹ ਹਾਲ ਆ ਲਓ ਜੀ ਰੋੜੀਆਂ ਵਾਧੂ ਇੱਥੇ ਵੱਟੇ ਜੁੱਤੀਆਂ ਲਾ ਲਈਆਂ ਅਸੀਂ ਗੱਡੀ 'ਚ ਹਾਏ ਹੁਣ ਪਛਤਾਉਂਦੇ ਹਾਂ ਚਲੋ ਕੋਈ ਨਹੀਂ ਜਾਂਦੇ ਹੌਲੀ ਹੌਲੀ ਆਪੇ ਹੀ ਮਹਾਰਾਜ ਦੇਖਣ ਵਾਲਾ ਜੀ ਇੱਕ ਤਕੜੀ ਜੀ ਚੜ੍ਹਾਈ ਚੜ੍ਹ ਕੇ ਬਾਬੇ ਗੁਰਦਿੱਤਾ ਜੀ ਤਾਂ ਹੋ ਕੇ ਇੱਥੇ ਆ ਗਏ ਹੁਣ ਫਿਰ ਉਹ ਚੜ੍ਹਨਾ ਇੰਨੇ ਉਤਰੇ ਅੱਗੇ ਹੈ ਜੀ ਅਤੇ ਹੈ ਜੀ ਕਿੱਦਾਂ ਹੰਭਿਆ ਤਾਂ ਨਹੀਂ ਹੁਣ ਅਸੀਂ ਚੱਲੇ ਹਾਂ ਬਾਬੇ ਬੁੱਢਣ ਸ਼ਾਹ ਦੇ ਅਤੇ ਬੰਦੇ ਹੁਣ ਤਾਂ ਲਗਭਗ ਬਾਸੀ ਹੋ ਗਈ ਬਸ ਇੱਕ ਦੂਜੇ ਖੱਪ ਖੁੱਪ ਕਰਦੇ ਤੁਰੇ ਜਾਂਦੇ ਅਸੀਂ ਹੌਂਸਲੇ ਨਾ ਉੱਦਾਂ ਬੱਸ ਹੈ ਇਹਨਾਂ ਦੀ ਸਾਰਿਆਂ ਦੀ ਦੇਖੀ ਦਲਵੀਰ ਚੜ੍ਹਦਾ ਦੇਖ ਤੋਰ ਦੇਖ ਇਹਦੀ ਤੋਰ ਇਹਦੇ ਗੱਡੀਆਂ ਦੀਆਂ ਕਲੱਚ ਪਲੇਟਾਂ ਮਹਿ ਗਈਆਂ ਬ੍ਰੇਕਾਂ ਫਿਰ ਹੋਣ ਲੱਗ ਪਈਆਂ ਉਹਦੇ ਬੰਦੇ ਦਾ ਕੀ ਜ਼ੋਰ ਚੱਲਣਾ ਔਖਾ ਹੋ ਗਿਆ ਸਦੀ ਦੇ ਮਹਾਨ ਜਰਨੈਲ ਦੀਆਂ ਫੋਟੋਆਂ ਇੱਥੇ ਵਿਕਦੀਆਂ ਨੇ ਜਿਨ੍ਹਾਂ ਨੇ ਆਪਣੀ ਜ਼ਮੀਰ ਨਹੀਂ ਵੇਚੇ
ਵਿੱਚ ਚਾਏ ਜਾਗ ਰਹੇ ਜਨਤਾ ਪਾਰਟੀ ਆ ਬੈਠੀ ਸਾਡੇ ਦੋ ਬੰਦੇ ਅੱਧੇ ਬੰਦੇ ਸਾਡੇ ਕੜੀ ਚੌਲ ਖਾਣ ਗਏ ਆ ਸੰਤਾਂ ਦੀਆਂ ਫੋਟੋਆਂ ਹਰ ਥਾਂ ਦੇ ਉੱਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਫੋਟੋ ਵੀ ਇੱਕ ਭਾਊ ਨੂੰ ਘੇਰੀ ਖੜੇ ਠੰਡ ਪਾ ਵਾਲੇ ਨੂੰ ਲਿਆ ਮਾਣੇ ਫੜਾਈ ਫੜ ਕੇ ਜਵਾ ਲਿਆ ਠੰਡ ਪਾ ਨੇ ਆ ਦਿੱਤਾ ਜੀ ਬਣਾ ਕੇ ਹਾਂਜੀ ਮੈਂ ਕਿਹਾ ਹੁਣ ਆ ਗਏ ਆ ਇੱਥੇ ਰਾਹ 'ਚ ਤੇ ਬੰਦੇ ਫਰੈਸ਼ ਫਰੂ ਛੋਣ ਵਾਸਤੇ ਗਏ ਆ ਪੰਪ 'ਤੇ ਅਸੀਂ ਕਿਹਾ ਦੋ ਮਿੰਟ ਸਾਹ ਲੈ ਲਈਏ ਨਾਲੇ ਉਹ ਢਾਬਾ ਵਾ ਮਾੜੀ ਮੋਟੀ ਕੋਈ ਠੰਡਾ ਦਿੱਤਾ ਪੀ ਕੇ ਤੁਰਦੇ ਹਾਂ ਫਿਰ ਹੈ ਜੀ ਅਤੇ ਠੀਕ ਹੈ ਜੀ ਉੱਦਾਂ ਤਾਂ ਹੁਣ ਕਰਦੇ ਹਾਂ ਆਪਾਂ ਆਪਣੇ ਵਲੋਗ ਦਾ ਵੀ ਐਂਡ ਇੱਥੇ ਅਤੇ ਬਹੁਤ ਥੈਂਕ ਯੂ ਤੁਹਾਡਾ ਆਪਣਾ ਵਲੋਗ ਦੇਖਣ ਲਈ ਅਤੇ ਦੋ ਪਾਰਟਾਂ 'ਚ ਤਾਂ ਬਣਾਉਣਾ ਪਿਆ ਕਿਉਂਕਿ ਕਾਫੀ ਲੰਮਾ ਬਣ ਗਿਆ ਸੀ ਨਾ ਵਲੋਗ ਇਹ ਅਤੇ ਠੀਕ ਹੈ ਜੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਤਾਂ ਹੋਰ ਲੋਕਾਂ ਨੂੰ ਦਿਖਾ ਦਿਓ ਹੈ ਨਾ ਕਮੈਂਟ ਕਰ ਦਿਓ ਠੀਕ ਹੈ ਜੀ ਓਕੇ ਮਿਲਦੇ ਹਾਂ ਅਗਲੇ ਵਲੋਗ 'ਚ ਧੰਨਵਾਦ ਜੀ।